ਸਤਿਸ਼੍ਰੀਅਕਾਲ ਮੈਂ ਅੰਮ੍ਰਿਤ ਬਿਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵੇਲੇ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਿਆਸੀ ਮਹਾਂਗਠਜੋੜ ਦੇ ਭਵਿੱਖ ਦੀ ਕਿ ਆਖਿਰਕਾਰ ਮਹਾਂਗਠਜੋੜ ਦਾ ਭਵਿੱਖ ਕੀ ਹੈ। ਲੋਕ ਸਭਾ ਚੋਣਾਂ ਸਿਰ 'ਤੇ ਨੇ, ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਬਾਦਲਾਂ ਨੂੰ ਅਤੇ ਕਾਂਗਰਸ ਨੂੰ ਚੇਤ ਕਰਨ ਦੇ ਲਈ ਜਿਹੜੇ ਸਾਰੇ ਵਿਰੋਧੀ ਆ ਉਹ ਇੱਕੋ ਮੰਚ 'ਤੇ ਇਕੱਠੇ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਚਾਹੇ ਉਹ ਟਕਸਾਲੀ ਹੋਣ, ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਹੋਵੇ, ਸਿਮਰਜੀਤ ਬੈਂਸ ਦੀ ਲੋਕ ਇਨਸਾਫ ਪਾਰਟੀ ਹੋਵੇ ਜਾਂ ਹੋਰ ਫਰੰਟ ਜਿਹੜੇ ਆ, ਉਹਨਾਂ ਨੂੰ ਸੱਦਾ ਦਿੱਤਾ ਗਿਆ ਕਿ ਸਾਰੇ ਇੱਕ ਮੰਚ 'ਤੇ ਆ ਕੇ ਅਤੇ ਜਿਹੜਾ ਹੈ ਉਹ ਬਾਦਲਾਂ ਅਤੇ ਕਾਂਗਰਸ ਨੂੰ ਚਿੱਤ ਕਰੀਏ ਅਤੇ ਇੱਕ ਨਵਾਂ ਜਿਹੜਾ ਤੀਜੀ ਧਿਰ ਹੈ ਉਹਨੂੰ ਸੱਤਾ ਦੇ ਵਿੱਚ ਲੈ ਕੇ ਆਈਏ। ਇਹ ਸਿਆਸੀ ਮਹਾਂਗਠਜੋੜ ਦੀ ਜਿਹੜੀ ਹੈ ਕਵਾਇਦ ਸ਼ੁਰੂ ਕੀਤੀ ਗਈ ਹੈ, ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਮਹਾਂਗਠਜੋੜ ਦੀ ਪੂਰੀ ਤਿਆਰੀ ਹੈ ਚਿੱਤ ਕਰਨ ਦੇ ਲਈ। ਪਰ ਪੰਜਾਬ ਦੇ ਲੋਕ ਹੀ ਸੋਚਦੇ ਨੇ ਕਿ ਆਖਿਰਕਾਰ ਇਸ ਮਹਾਂਗਠਜੋੜ ਦਾ ਸਿਆਸੀ ਭਵਿੱਖ ਕੀ ਹੈ, ਪੰਜਾਬ ਦੇ ਵਿੱਚ ਇਹ ਕਿੰਨਾ ਕੁ ਕਾਮਯਾਬ ਹੋ ਪਾਵੇਗਾ, ਕਿ ਇਹ ਸਾਰੇ ਵਿਰੋਧੀ ਮਿਲ ਕੇ ਜਿਹੜਾ ਹੈ ਉਹ ਰਵਾਇਤੀ ਪਾਰਟੀਆਂ ਨੂੰ ਮਾਤ ਦੇ ਸਕਣਗੇ ਜਾਂ ਨਹੀਂ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਜਾਬ ਦੇ ਵਿੱਚ ਮਹਾਂਗਠਜੋੜ ਦਾ ਸਿਆਸੀ ਭਵਿੱਖ ਕੀ ਦੇਖਦੇ ਹੋ? ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਹਾਲਾਤ ਹੈ ਉਹ ਬਾਕੀ ਜਿਹੜੇ ਇੰਡੀਆ ਤੋਂ ਥੋੜ੍ਹੇ ਡਿਫਰ ਨੇ, ਕਿਉਂਕਿ ਅਕਾਲੀਆਂ ਦੇ ਇੱਥੇ ਬਦਨਾਮੀ ਹੋਣ ਕਰਕੇ ਉਹ ਗਰਾਊਂਡ ਤੋਂ ਜ਼ੀਰੋ ਹੋ ਗਏ ਨੇ, ਅਤੇ ਕਾਂਗਰਸ ਨੇ ਪਿਛਲੇ 2 ਸਾਲ ਵਿੱਚ ਮੁਲਾਜ਼ਮਾਂ ਨੂੰ ਜਾਂ ਬਾਕੀਆਂ ਨੂੰ ਕਿਸੇ ਨੂੰ ਕੋਈ ਉਹਨਾਂ ਦੇ ਭਰੋਸੇ ਦੇ ਪੂਰੇ ਨਹੀਂ ਉਤਰੇ, ਇਸ ਕਰਕੇ ਉਹਨਾਂ ਦੀ ਵੀ ਰਿਜ਼ੈਂਟਮੈਂਟ ਹੈ। ਰਹੀ ਗੱਲ ਆਮ ਪਾਰਟੀ ਜਿਹੜੀ ਆ ਉਹ ਟੁੱਟ ਗਈ, 2-3 ਪਾਰਟ 'ਚ ਬਦਲ ਗਈ, ਇਸ ਕਰਕੇ ਜੇ ਇਕੱਠੇ ਹੋ ਕੇ ਆਉਂਦੇ ਆ ਅਤੇ ਕੁਛ ਖੱਟ ਲੈਣਗੇ, ਵਰਨਾ ਇਹ ਸਭ ਇੱਥੇ ਪੰਜਾਬ ਦਾ ਤਾਂ ਹਾਲਾਤ ਤੋਂ ਇਹਨਾਂ ਨੂੰ ਕੋਈ ਕਿਸੇ ਨੂੰ ਇੱਕ ਸੀਟ ਨਹੀਂ ਮਿਲਣੀ। ਅਤੇ ਮੰਨਦੇ ਹੋ ਕਿ ਜੇਕਰ ਇਹ ਸਾਰੀਆਂ ਜਿਹੜੀਆਂ ਧਿਰਾਂ ਨੇ ਉਹ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਨੁਕਸਾਨ ਪਹੁੰਚਾ ਸਕਣਗੀਆਂ ਰਵਾਇਤੀ ਪਾਰਟੀਆਂ? ਬਿਲਕੁਲ। ਅਕਾਲੀਆਂ ਨੂੰ ਇੱਥੋਂ ਕੋਈ ਸੀਟ ਨਹੀਂ ਮਿਲਦੀ ਇਸ ਵਾਰ, ਅਕਾਲੀ ਜਿਹੜੇ ਨੇ ਬਿਲਕੁਲ ਜ਼ੀਰੋ ਹੋ ਚੁੱਕੇ ਨੇ। ਅਕਾਲੀ ਦਲ ਦਾ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਵੀ ਬੜਾ ਮਾੜਾ ਹਾਲ ਰਿਹਾ। ਅਕਾਲੀ ਦਲ ਅਤੇ ਬੀਜੇਪੀ ਦੋਨੇ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਆ, ਉਹਨਾਂ ਦੇ ਕੋਲ ਕੋਈ ਸੀਟ ਆਉਣ ਦੀ ਉਮੀਦ ਨਹੀਂ ਹੈ। ਕਾਂਗਰਸ ਕੁਛ ਲਿਜਾ ਸਕਦੀ ਹੈ ਸੀਟਾਂ ਜੀ, ਜੇ ਪ੍ਰੋਵਾਈਡਿਡ ਉਹ ਮੁਲਾਜ਼ਮਾਂ ਨੂੰ ਅਤੇ ਬਾਕੀ ਜਿਹੜੇ ਇੱਕ ਤਬਕੇ ਨੇ ਉਹਨਾਂ ਨੂੰ ਕੁਛ ਰਾਹਤ ਦੇਵੇ ਤਾਂ। ਅਤੇ ਤੁਸੀਂ ਗੱਲ ਕੀਤੀ ਕਿ ਜੇਕਰ ਇਹ ਸਾਰੇ ਹੱਥ ਇਕੱਠੇ ਹੋ ਜਾਂਦੇ ਨੇ ਤਾਂ ਕੁੰਬਾ ਢਹਿ ਢੇਰੀ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋ ਜਾਣਗੇ, ਪਰ ਇੱਥੇ ਇਹ ਜੇਕਰ ਗੱਲ ਕੀਤੀ ਜਾਵੇ ਉਹਨਾਂ ਵਿਰੋਧੀ ਧਿਰਾਂ ਦੀ, ਤਾਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਵੰਡੇ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਦਾ ਕਹਿਣਾ ਕਿ ਉਹ ਟਕਸਾਲੀਆਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ। ਜਦ ਤੱਕ ਉਹ ਇਕੱਠੇ ਹੋ ਕੇ ਨਹੀਂ ਇੱਕ ਮੰਚ 'ਤੇ ਉੱਤੇ ਆਉਂਦੇ, ਆਪਣੇ ਡਿਫਰੈਂਸਿਸ ਭੁਲਾ ਕੇ ਨਹੀਂ ਇਕੱਠੇ ਹੁੰਦੇ, ਤਦ ਤੱਕ ਉਹਨਾਂ ਦਾ ਵੀ ਕੁਛ ਨਹੀਂ ਹੋਣਾ। ਤਦ ਤੱਕ ਉਹਨਾਂ ਦਾ ਵੀ ਕੁਛ ਨਹੀਂ ਹੋਏਗਾ। ਟਕਸਾਲੀ ਕਹਿੰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਗਠਜੋੜ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਨੇ, ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜੇਕਰ ਖਹਿਰਾ ਧੜਾ ਵਿੱਚ ਸ਼ਾਮਿਲ ਹੋਵੇਗਾ ਤਾਂ ਅਸੀਂ ਜਿਹੜਾ ਹੈ ਉਹ ਨਹੀਂ ਸ਼ਾਮਿਲ ਹੋਵਾਂਗੇ। ਇਹ ਜਿਹੜੀਆਂ ਨੇ ਪ੍ਰੀ ਪੋਲ ਗੱਲਾਂ ਨੇ, ਜਿਸ ਵਕਤ ਪੋਲ ਅਨਾਊਂਸ ਹੋ ਜਾਣਗੇ ਫਿਰ ਸਾਰੀਆਂ ਪਾਰਟੀਆਂ ਇਕੱਠੀਆਂ ਹੋਣਗੀਆਂ, ਔਰ ਉਹਨਾਂ ਨੇ ਆਪਣੀ ਮਜਬੂਰੀ ਵਿੱਚ ਇਕੱਠਿਆਂ ਹੋਣਾ ਹੀ ਪਊਗਾ, ਵਰਨਾ ਡਿਵਾਈਡ ਐਂਡ ਰੂਲ 'ਚ ਉਹ ਜਿਹੜਾ ਬੀਜੇਪੀ ਗੇਨ ਕਰ ਜਾਏਗੀ। ਪਾਰਟੀਆਂ ਸਾਰੀਆਂ ਇਕੱਠੀਆਂ ਹੋਣਗੀਆਂ ਤਾਂ ਹੀ ਗੱਲ ਬਣੇਗੀ। ਅਤੇ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਤੁਸੀਂ ਕਿਹਨੂੰ ਦੇਖਦੇ ਹੋ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਂ ਅਸੀਂ ਨਹੀਂ ਦੇਖਦੇ, ਹੋਰ ਜਿਹੜਾ ਮਰਜ਼ੀ ਕੋਈ ਬਣੇ। ਅੱਛਾ, ਉਹ ਤੋਂ ਬਾਅਦ ਵਿੱਚ ਜਿਹੜੀ ਇਹਨਾਂ ਨੇ ਪੋਲ ਅਲਾਇੰਸ ਹੋਣੀ ਆ, ਜਿਸ ਪਾਰਟੀ ਦੀ ਮੈਜੋਰਟੀ ਹੋਏਗੀ ਉਹਦੀ ਗੱਲ 'ਚ ਮੰਨੀ ਜਾਏਗੀ, ਜਿਸ ਪਾਰਟੀ ਕੋਲ ਮੈਜੋਰਟੀ ਹੋਏਗੀ ਉਹ ਲੈ ਜਾਏਗੀ। ਅੱਛਾ, ਮਤਲਬ ਕਿ ਤੁਸੀਂ ਮੰਨਦੇ ਹੋ ਕਿ ਵਾਕਿਆ ਦੇ ਵਿੱਚ ਜੇਕਰ ਵਿਰੋਧੀ ਧਿਰਾਂ ਆਪਣੇ ਸਾਰੇ ਜਿਹੜੇ ਅਗਲੇ ਸ਼ਿਕਵੇ ਭੁਲਾ ਕੇ ਇਕਜੁੱਟ ਹੋ ਜਾਣ ਤਾਂ ਰਵਾਇਤੀ ਪਾਰਟੀਆਂ ਨੂੰ ਮਾਤ ਦੇਣ ਦੇ ਵਿੱਚ ਕਿਤੇ ਨਾ ਕਿਤੇ ਸਫਲ ਹੋ ਸਕਦੇ? 13 ਦੇ ਵਿੱਚੋਂ ਕੁਝ ਸੀਟਾਂ ਤਾਂ ਲੈ ਜਾਣਗੇ। 13 ਵਿੱਚੋਂ ਲੈ ਜਾਣਗੇ। ਲੈ ਜਾਣਗੇ, ਬਹੁਤ ਸ਼ੁਕਰੀਆ। ਕੀ ਨਾਮ ਹੈ ਜੀ? ਰਜਿੰਦਰ ਸਿੰਘ। ਰਜਿੰਦਰ ਸਿੰਘ ਜੀ, ਪੰਜਾਬ ਦੇ ਵਿੱਚ ਤੁਸੀਂ ਮਹਾਂਗਠਜੋੜ ਦਾ ਸਿਆਸੀ ਭਵਿੱਖ ਕੀ ਦੇਖਦੇ ਹੋ? ਮਹਾਂਗਠਜੋੜ ਦਾ ਅੱਜ ਤੱਕ ਗੱਲ ਸਹੀ ਤਰ੍ਹਾਂ ਬਣ ਨਹੀਂ, ਕਿ ਅਕਾਲੀ ਦੋ ਫਾੜ ਹੋਏ ਹੋਏ ਨੇ ਅਤੇ ਖਹਿਰਾ ਸਾਹਿਬ ਆਪ ਨੂੰ ਛੱਡ ਕੇ ਬਾਹਰ ਗਏ ਹੋਏ ਨੇ, ਅਤੇ ਇਸ ਕਰਕੇ ਖਹਿਰਾ ਸਾਹਿਬ ਦੀ ਕੋਈ ਬਹੁਤ ਜ਼ਿਆਦਾ ਰੈਪੂਟੇਸ਼ਨ ਨਹੀਂ ਹੈ। ਇਸ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਦਾ ਅਤੇ ਆਪ ਵਾਲਿਆਂ ਦਾ ਹੀ ਖੇਲ ਹੈ। ਅਕਾਲੀ ਤਾਂ ਬਿਲਕੁਲ ਉੱਡ ਗਏ ਨੇ ਇੱਥੋਂ, ਅਤੇ ਕਾਂਗਰਸ ਦੇ ਵਿੱਚ ਨਾਲ ਲੋਕਾਂ ਦੇ ਮਤ ਭੇਜਣੇ, ਦਿੱਲੀ ਵਿੱਚ ਆਪ ਦਾ ਅੱਛਾ ਕੰਮ ਹੋਣ ਕਰਕੇ ਅਤੇ ਪੰਜਾਬ ਦੇ ਵਿੱਚ ਆਪ ਕਿਉਂਕਿ ਓਪੋਜਿਟ ਪਾਰਟੀ ਹੈ, ਇਸ ਕਰਕੇ ਉਹਨਾਂ ਦੇ ਚਾਂਸ ਜਿਹੜੇ ਨੇ ਬੈਟਰ ਲੱਗਦੇ ਨੇ। ਹਾਂਜੀ, ਅਤੇ ਇਸ ਮਹਾਂਗਠਜੋੜ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਟਕਸਾਲੀ ਮੇਨ ਮੋਹਰੀ ਬਣੇ ਹੋਏ ਨੇ, ਉਹ ਟਕਸਾਲੀ ਜਿਹੜੇ ਅਕਾਲੀ ਦਲ ਤੋਂ ਵੱਖ ਹੋ ਗਏ ਨੇ, ਉਹਨਾਂ ਨੇ ਸੱਦਾ ਦਿੱਤਾ ਹੈ ਖਹਿਰੇ ਨੂੰ ਵੀ ਸੱਦਾ ਦਿੱਤਾ, ਬੈਂਸ ਨੂੰ ਵੀ ਸੱਦਾ ਦਿੱਤਾ, ਬਸਪਾ ਨੂੰ ਵੀ ਸੱਦਾ ਦਿੱਤਾ, ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਇੱਕ ਸ਼ਰਤ ਰੱਖ ਰਹੀ ਹੈ ਕਿ ਜੇਕਰ ਖਹਿਰਾ ਉਹਦੇ ਵਿੱਚ ਸ਼ਾਮਿਲ ਹੋਵੇਗਾ ਅਸੀਂ ਨਹੀਂ ਜਾਵਾਂਗੇ। ਹਾਂਜੀ, ਉਹਨਾਂ ਦੀ ਸ਼ਰਤ ਬਿਲਕੁਲ ਠੀਕ ਹੈ, ਖਹਿਰਾ ਅਗਰ ਉਹਨੇ ਵੀ ਜਾਏਗਾ ਤਾਂ ਆਮ ਆਦਮੀ ਉਹਨੇ ਸ਼ਾਮਿਲ ਨਹੀਂ ਹੋਏਗੀ, ਅਤੇ ਇਸ ਕਰਕੇ ਮਹਾਂਗਠਬੰਧਨ ਜਿਹੜਾ ਹੈ ਉਹ ਬਣਨਾ ਮੁਸ਼ਕਲ ਹੀ ਲੱਗਦਾ ਇੱਥੇ ਪੰਜਾਬ ਦੇ ਵਿੱਚ, ਕਿਉਂਕਿ ਆਪ ਵੀ ਇੱਕ ਸ਼ਕਤੀ ਹੈਗੀ ਹੈ ਅਤੇ ਕਾਂਗਰਸ ਵੀ ਪੰਜਾਬ 'ਚ ਇੱਕ ਸ਼ਕਤੀ ਹੈਗੀ ਹੈ, ਬਾਕੀਆਂ ਦਾ ਅਜੇ ਤੱਕ ਕੋਈ ਇਮੇਜ ਨਹੀਂ ਬਣਿਆ ਹੈਗਾ, ਇਸ ਕਰਕੇ ਇਸ ਤਰ੍ਹਾਂ ਹੀ ਚੱਲ ਰਿਹਾ ਸਾਰਾ ਸਾਰਾ। ਯਾਨੀ ਕਿ ਤੁਸੀਂ ਵੀ ਮੰਨਦੇ ਹੋ ਕਿ ਜਿਹੜਾ ਮੁੱਖ ਮੁਕਾਬਲਾ ਹੈ ਉਹ ਕਾਂਗਰਸ ਦੇ ਵਿੱਚ ਅਤੇ ਆਮ ਆਦਮੀ ਪਾਰਟੀ ਦੇ ਵਿੱਚ,
ਅਕਾਲੀਆਂ ਦਾ ਤਾਂ ਕੋਈ ਲੋਕੀ ਇੱਜ਼ਤ ਨਹੀਂ ਕਰ ਰਹੇ ਅਤੇ ਆਪ ਔਰ ਕਾਂਗਰਸ ਦਾ ਹੀ ਖੇਲ ਹੈ ਪੰਜਾਬ 'ਚ। ਹਾਂਜੀ, ਬਾਕੀ ਸੈਂਟਰ ਯੁੱਗ ਰਾਜ ਜਿਹੜੀਆਂ ਇਸ ਵੇਲੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ ਉਹਨਾਂ ਵਿੱਚ BJP ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ, ਕਿਉਂਕਿ ਲੋਕ ਸਾਰਾ ਹਿੰਦੁਸਤਾਨ ਹੈ, ਉਹਨਾਂ ਨੇ ਹਿੰਦੁੱਤਵ ਦੇ ਨਾਂ ਦੇ ਉੱਤੇ ਸਾਰੇ ਹਿੰਦੁਸਤਾਨ ਨੂੰ ਵੱਖੋ ਵੱਖ ਕਰਤਾ। ਮੁਸਲਮਾਨ, ਸਿੱਖ, ਕ੍ਰਿਸਚਨ, ਪਾਰਸੀ ਜਿੰਨੇ ਲੋਕ ਨੇ ਉਹ ਸਾਰੇ ਉਹਨਾਂ ਦੇ ਬਰਖਿਲਾਫ, ਹਰੀਜਨ ਵੀ ਉਹਨਾਂ ਦੇ ਬਰਖਿਲਾਫ ਨੇ। 83% ਜਿਹੜੀਆਂ 13% ਜਿਹੜੀ ਹਿੰਦੁੱਤਵ ਵੋਟ ਹੈਗੀ ਹੈ ਉਹ ਇੱਕ ਪਾਸੇ ਹੋ ਗਈ ਹੈ, 87% ਜਿਹੜੇ ਨਾਨ ਹਿੰਦੁੱਤਵ ਹੈਗੇ ਨੇ ਇੱਕ ਪਾਸੇ ਹੋ ਗਏ ਨੇ। ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਕਿਹਨੂੰ ਦੇਖਦੇ ਹੋ? ਇਹ ਇਸ ਵੇਲੇ ਕਿਸੇ ਦਾ ਕਲੀਅਰ ਨਹੀਂ ਹੈ, ਇਹ ਪੱਕਾ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਆਉਣਗੇ। ਨਹੀਂ ਆਉਣਗੇ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਪੰਜਾਬ ਦੇ ਲੋਕ ਜਿਹਨਾਂ ਦੇ ਨਾਲ ਗੱਲਬਾਤ ਕੀਤੀ, ਇਹਨਾਂ ਦੀ ਜੇਕਰ ਮੰਨੀ ਜਾਵੇ ਤਾਂ ਕਹਿਣਾ ਹੈ ਕਿਤੇ ਕਿ ਜੇਕਰ ਵੱਖ ਵੱਖ ਵਿਰੋਧੀ ਧਿਰਾਂ ਇਕੱਠੀਆਂ ਹੋ ਜਾਣ ਤਾਂ ਹੋ ਸਕਦਾ ਹੈ ਕਿ ਉਹ ਰਵਾਇਤੀ ਪਾਰਟੀਆਂ ਦਾ ਕੁਨਬਾ ਹਿਲਾਉਣ ਦੇ ਵਿੱਚ ਕਾਮਯਾਬ ਵੀ ਹੋ ਜਾਣ, ਪਰ ਜੇਕਰ ਇਹਨਾਂ ਦਾ ਕਿਤੇ ਨਾ ਕਿਤੇ ਇਹ ਵੀ ਕਹਿਣਾ ਪੰਜਾਬ ਦੇ ਲੋਕਾਂ ਦਾ ਕਿ ਜੇਕਰ ਇਹ ਵਿਰੋਧੀ ਇਕੱਠੇ ਵੀ ਹੋ ਜਾਂਦੇ ਨੇ ਤਾਂ ਵੀ ਜਿਹੜਾ ਕੁਛ ਨਹੀਂ ਕਰ ਪਾਉਣਗੇ, ਕਿਉਂਕਿ ਮੁੱਖ ਮੁਕਾਬਲਾ ਰਵਾਇਤੀ ਪਾਰਟੀਆਂ ਦੇ ਵਿੱਚ ਹੀ ਹੈ। ਕੀ ਨਾਮ ਹੈ? ਸੰਦੀਪ ਕੁਮਾਰ। ਸੰਦੀਪ, ਪੰਜਾਬ ਦੇ ਵਿੱਚ ਸਿਆਸੀ ਹਾਲਾਤ ਜਿਵੇਂ ਦੇ ਬਣੇ ਹੋਏ ਨੇ, ਆਪਸ ਦੇ ਵਿੱਚ ਹੀ ਪਾਰਟੀਆਂ ਦੇ ਵਿੱਚ ਜਿਹੜੀ ਹੈ ਫਿੱਕ ਪੈਣੀ ਸ਼ੁਰੂ ਹੋ ਗਈ ਹੈ, ਪਾਟੋ ਤਾੜ ਹੋ ਗਈ ਹੈ, ਪੰਜਾਬ ਦੇ ਵਿੱਚ ਕੀ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੇ ਵਿੱਚ ਮੁੱਖ ਮੁਕਾਬਲਾ ਹੈ? ਦੋਨਾਂ ਦਾ ਬਰਾਬਰ ਹੀ ਹੈ, ਮੈਨੂੰ ਇਸ ਬਾਰੇ ਜ਼ਿਆਦਾ ਨੌਲੇਜ ਨਹੀਂ ਹੈ, ਦੋਨਾਂ ਦਾ ਬਰਾਬਰ ਹੀ ਹੈ। ਅੱਛਾ, ਤੇ ਪ੍ਰਧਾਨ ਮੰਤਰੀ ਦਾ ਕਿਹਨੂੰ ਦੇਖਦੇ ਹੋ ਦੁਬਾਰਾ? ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੁਬਾਰਾ ਆਉਣਗੇ? ਬਿਜ਼ਨਸ ਵੱਲੋਂ ਦੇਖੀਏ ਤਾਂ ਨੈਵਰ, ਵੈਸੇ ਦੇਖੀਏ ਤਾਂ ਲੋਕ ਮੰਨਦੇ ਵੀ ਬਹੁਤ ਨੇ ਮੋਦੀ ਨੂੰ, ਪਰ ਬਿਜ਼ਨਸ ਤੌਰ 'ਤੇ ਦੇਖਦੇ ਹਾਂ ਜੋ ਬਿਜ਼ਨਸਮੈਨ ਨੇ ਉਹ ਨਹੀਂ ਚਾਹੁੰਦੇ ਹੈਗੇ, ਉਹ ਕਹਿੰਦੇ ਨਹੀਂ ਸਾਡਾ ਬਿਜ਼ਨਸ ਠੱਪ ਹੋ ਗਿਆ ਵੀ 3-4 ਮਹੀਨਿਆਂ ਤੋਂ, ਜਿਸ ਦਿਨ GST ਲਾਗੂ ਹੋਇਆ ਜਾਂ ਕੁਛ ਨੋਟਬੰਦੀ ਹੋਇਆ, ਉਸ ਤੋਂ ਬਾਅਦ ਮਾਈਨਸ 'ਚ ਹੀ ਆ ਗਿਆ, ਪਲੱਸ 'ਚ ਨਹੀਂ ਹੋਇਆ। ਪਲੱਸ 'ਚ ਨਹੀਂ ਹੋਇਆ। ਅੱਛਾ, ਅਤੇ ਜੇ ਮਤਲਬ ਕਿ ਵਪਾਰ ਦੇ ਨਜ਼ਰ ਤੋਂ ਦੇਖਿਆ ਜਾਵੇ ਤਾਂ ਤੁਸੀਂ ਮੰਨਦੇ ਹੋ ਕਿ ਕਿਤੇ ਨਾ ਕਿਤੇ ਨੁਕਸਾਨ ਹੋਇਆ? ਬਹੁਤ, ਵਪਾਰੀਆਂ ਤੋਂ ਬਹੁਤ ਨੁਕਸਾਨ ਹੈ, ਕਾਫੀ ਅੱਛਾ ਵੀ ਸਮਝਦੇ ਨੇ, ਉਹ ਕਹਿੰਦੇ ਨੇ ਅੱਛਾ, ਪਰ ਕਾਫੀ ਜੋ ਗਰੀਬ ਤਬਕਾ ਜਾਂ ਛੋਟੇ ਲੋਕ ਨੇ ਉਹ ਵਿਚਾਰੇ ਰੋਟੀ ਤੋਂ ਮੁਮਤਾਜ਼ ਹੋ ਗਏ ਨੇ। 2019 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਮੁਕਾਬਲਾ ਤੁਸੀਂ ਕਾਂਗਰਸ ਅਤੇ ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ ਫਿਰ ਮਹਾਂਗਠ ਜੋੜ ਕੇ ਇਹਦੇ ਵਿੱਚ ਦੇਖਦੇ ਹੋ? ਕਿ ਲੱਗਦਾ ਹੈ ਕਿ ਜੇਕਰ ਵਿਰੋਧੀ ਧਿਰਾਂ ਇਕੱਠੀਆਂ ਹੋ ਜਾਣਗੀਆਂ ਤਾਂ ਰਵਾਇਤੀ ਪਾਰਟੀਆਂ ਨੂੰ ਹਰਾ ਸਕਣਗੀਆਂ? ਹੋ ਨਹੀਂ ਸਕਦਾ, ਆਪਸ 'ਚ ਇੱਕ ਹੋ ਜਾਵੇ, ਬਾਕੀ ਜਨਤਾ 'ਤੇ ਡਿਪੈਂਡ ਹੈ ਕਿੱਦਾਂ ਆਪਸ 'ਚ ਸੈਟਿੰਗ ਕਰਦੇ ਹਾਂ ਜਾਂ ਆਪਸ ਕਿਹਨੂੰ ਮੰਨਦੇ ਨੇ। ਹੁਣ ਅਸੀਂ ਕਿਸੇ ਨੂੰ ਮੰਨਦੇ ਹਾਂ, ਤੂੰ ਹੋਰ ਮੇਰਾ ਪੜੋਸੀ ਕਿਸੇ ਨੂੰ ਮੰਨਦਾ, ਤੁਸੀਂ ਕਿਸੇ ਹੋਰ ਨੂੰ ਮੰਨਦੇ, ਆਪਣੀ ਆਪਣੀ ਚਾਹਤ ਹੈ ਸਭ, ਯਾਨੀ ਕਿ ਲੋਕਾਂ 'ਤੇ ਵੀ ਬਹੁਤ ਹੱਦ ਤੱਕ ਨਿਰਭਰ ਕਰਦਾ। ਬਹੁਤ ਬਹੁਤ ਸ਼ੁਕਰੀਆ। ਸੋ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਸਿਆਸੀ ਸਮੀਕਰਨਾਂ ਦੀ ਜੇਕਰ ਗੱਲ ਕੀਤੀ ਜਾਵੇ, ਵੱਖ ਵੱਖ ਜਿਹੜੇ ਆ ਉਹ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਕਿ ਹਿਲਾਇਆ ਵੀ ਜਾ ਸਕਦਾ ਹੈ ਰਵਾਇਤੀ ਪਾਰਟੀਆਂ ਦੇ ਕੁਨਬੇ ਨੂੰ ਜੇਕਰ ਏਕਾ ਹੋ ਜਾਵੇ, ਅਤੇ ਕਿਤੇ ਕਿਹਾ ਜਾ ਰਿਹਾ ਕਿ ਮੁੱਖ ਮੁਕਾਬਲਾ ਰਵਾਇਤੀ ਪਾਰਟੀਆਂ ਦੇ ਵਿੱਚ ਹੀ ਹੈ, ਇਹ ਵਿਰੋਧੀ ਧਿਰਾਂ ਜਿਹੜੀਆਂ ਕੁਛ ਵੀ ਨਹੀਂ ਕਰ ਪਾਉਣਗੀਆਂ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਤਾਂ ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲ ਹੋ ਰਹੀ ਹੈ ਪੰਜਾਬ ਦੇ ਵਿੱਚ ਮਹਾਂਗਠਜੋੜ ਦੇ ਸਿਆਸੀ ਭਵਿੱਖ ਬਾਰੇ ਕਿ ਕੀ ਸਮਝਦੇ ਨੇ ਪੰਜਾਬ ਦੇ ਲੋਕ ਕਿ ਸਾਰੇ ਵਿਰੋਧੀ ਧਿਰ ਫਰੰਟ ਇਕੱਠੇ ਹੋ ਕੇ ਰਵਾਇਤੀ ਪਾਰਟੀਆਂ ਦੇ ਕੁਨਬੇ ਨੂੰ ਹਿਲਾਉਣ ਦੇ ਵਿੱਚ ਜਿਹੜਾ ਕਾਮਯਾਬ ਹੋ ਸਕਣਗੇ ਜਾਂ ਨਹੀਂ? ਕੀ ਨਾਮ ਹੈ? ਮੇਰਾ ਡਾਕਟਰ ਇੰਦਰ ਪ੍ਰਕਾਸ਼। ਇੰਦਰ ਪ੍ਰਕਾਸ਼ ਜੀ, ਕੀ ਲੱਗਦਾ ਹੈ ਕਿ ਚਾਹੇ ਉਹ ਟਕਸਾਲੀ ਹੋਣ, ਚਾਹੇ ਉਹ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਹੋਵੇ ਜਾਂ ਫਿਰ ਸਿਮਰਜੀਤ ਬੈਂਸ ਹੋਣ ਜਾਂ ਹੋਰ ਫਰੰਟ ਹੋਣ, ਬਸਪਾ ਹੋਵੇ, ਇਹ ਸਾਰੇ ਇਕੱਠੇ ਹੋ ਕੇ ਬਾਦਲਾਂ ਅਤੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਉਹ ਇੱਕ ਝਟਕਾ ਦੇ ਸਕਣਗੇ 2019 'ਚ? ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਹੈ ਬੇਸਿਕਲੀ ਇੱਥੇ ਕਰਪਸ਼ਨ ਇੰਨੀ ਜ਼ਿਆਦਾ ਹੈ, ਰੂਟ ਲੈਵਲ 'ਤੇ ਜਿਹੜੀ ਕਰਪਸ਼ਨ ਹੈ ਕੋਈ ਵੀ ਇਹਨੂੰ ਖਤਮ ਨਹੀਂ ਕਰ ਸਕਿਆ। ਜਿੰਨੇ ਆਏ ਸਾਰੇ, ਜਿਵੇਂ ਆਮ ਆਦਮੀ ਪਾਰਟੀ ਸੀਗੀ ਉਹ ਵੀ ਫਲੋਪ ਹੋ ਗਈ। ਸੋ ਜਿਹੜੇ ਰੂਟ ਲੈਵਲ ਦੇ ਉੱਤੇ ਕੋਈ ਵੀ ਪਾਰਟੀ ਕੰਮ ਨਹੀਂ ਕਰ ਰਹੀ। ਸੋ ਜਿਹੜਾ ਗਠਬੰਧਨ ਹੈ ਇਹਦਾ ਮੈਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਭਵਿੱਖ ਹੈ। ਤੁਸੀਂ ਕਿਹਾ ਭਵਿੱਖ ਨਹੀਂ ਹੈ, ਇਹ ਜਿਹੜੀਆਂ ਪਾਰਟੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ ਕਿ ਇੱਕੋ ਮੰਚ 'ਤੇ ਆ ਕੇ ਆਪਾਂ ਇਕੱਠੇ ਹੋਈਏ, ਬਾਦਲਾਂ ਨੂੰ ਹਿਲਾਈਏ, ਕਾਂਗਰਸ ਨੂੰ ਹਿਲਾਈਏ, ਪਰ ਇਹਨਾਂ ਦੇ ਵਿੱਚ ਵੀ ਏਕਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜੇਕਰ ਟਕਸਾਲੀ ਖਹਿਰਾ ਨਾਲ ਹੱਥ ਮਿਲਾਉਣਗੇ ਤਾਂ ਅਸੀਂ ਉਹਨਾਂ ਦੇ ਨਾਲ ਹੱਥ ਨਹੀਂ ਮਿਲਾਵਾਂਗੇ। ਬੇਸਿਕਲੀ ਇਹ ਨਾ ਇਹਨਾਂ ਦਾ ਏਜੰਡਾ ਕਿਆ, ਬੇਸਿਕਲੀ ਕਿਆ ਕਰਪਸ਼ਨ ਨੂੰ ਕਿਸ ਤਰੀਕੇ ਨਾਲ ਖਤਮ ਕਰਨਗੇ, ਜਿਹੜੀ ਪੰਜਾਬ ਦੀ ਸਮੱਸਿਆ ਹੈ, ਕਿਸਾਨ ਦੀ ਹੈ ਜਾਂ ਕਰਪਸ਼ਨ ਦੀ ਹੈ, ਇਹਨਾਂ ਦਾ ਵਿਜ਼ਨ ਕਿਆ ਹੈ? ਜੇ ਕੋਈ ਬਿਲਕੁਲ ਸਪਸ਼ਟ ਵਿਜ਼ਨ ਲੈ ਕੇ ਆਏਗਾ ਕੋਈ ਤੇ ਉਹ ਨੈਚੁਰਲੀ ਫੇਅਰ ਇਫੈਕਟ ਪੜੇਗਾ, ਅਦਰਵਾਈਜ਼ ਆਈ ਡੋਂਟ। ਨਹੀਂ ਤਾਂ ਹੁਣ ਤੱਕ ਜਿੱਦਾਂ ਹੁੰਦਾ ਰਿਹਾ ਹੈ ਉਸੇ ਤਰੀਕੇ ਨਾਲ ਹੁੰਦਾ ਰਹੇਗਾ। ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ ਜੀ? ਹਰਜਿੰਦਰ ਸਿੰਘ। ਹਰਜਿੰਦਰ ਸਿੰਘ ਜੀ, ਤੁਸੀਂ ਕੀ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਇਹ ਜਿੰਨੇ ਵੀ ਫਰੰਟ ਇਕੱਠੇ ਹੋ ਰਹੇ ਨੇ ਇਹਨਾਂ ਦਾ ਭਵਿੱਖ ਕੀ ਹੈ?
ਮੈਨੂੰ ਲੱਗਦਾ ਵੀ ਇਹਨਾਂ ਦਾ ਕੋਈ ਖਾਸ ਭਵਿੱਖ ਨਹੀਂ ਹੈਗਾ। ਇਕੱਠੇ ਹੋਏ ਇਹਨਾਂ ਦੇ ਡਿਫਰੈਂਟ ਪਾਰਟੀਜ਼ ਆਈਆਂ, ਡਿਫਰੈਂਟ ਇਹ ਉਹਨਾਂ ਦੇ ਆਏ, ਕੋਈ ਰੋਡ ਮੈਪ ਟੂ ਡਿਵੈਲਪਮੈਂਟ ਇਹਨਾਂ ਦਾ ਕੁਛ ਵੀ ਹੈ ਨਹੀਂ, ਅਤੇ ਆਈ ਡੋਂਟ ਥਿੰਕ ਸੋ ਦੇ ਵਿਲ ਬੀ ਵੈਰੀ ਗ੍ਰੇਟ ਸਕਸੈਸ, ਦੇ ਵਿਲ ਬੀ ਏਬਲ ਟੂ ਚੈਲੇਂਜ ਦੀ ਐਸਟੈਬਲਿਸ਼ ਪਾਰਟੀਜ਼ ਆਫ ਪੰਜਾਬ। ਤਾਂ ਉਹਨਾਂ ਨੂੰ ਐਸਟੈਬਲਿਸ਼ ਕਰਨਾ, ਜਿਹੜਾ ਉਹਨਾਂ ਨੂੰ ਹਿਲਾਉਣਾ, ਬਹੁਤ ਮੁਸ਼ਕਿਲ ਕੰਮ ਹੈ ਇਹਨਾਂ ਵਾਸਤੇ। 70-70 ਸਾਲ, 80-80 ਸਾਲ ਪੁਰਾਣੀਆਂ ਪਾਰਟੀਆਂ, ਕੋਈ ਵਿਜ਼ਨ ਕਲੈਰਿਟੀ ਨਹੀਂ ਹੈ, ਕੋਈ ਲੀਡਰ ਦੀ ਕਲੈਰਿਟੀ ਨਹੀਂ ਹੈ, ਕੁਛ ਨਹੀਂ ਹੈ, ਸੋ ਦੇ ਵੋਂਟ ਬੀ ਏਬਲ ਟੂ ਡੂ ਮੱਚ, ਦੇ ਵੋਂਟ ਕੱਟ ਮੱਚ ਆਈਸ ਵਿਦ ਦੀ ਪੀਪਲ। ਅਤੇ ਇਹ ਵੀ ਇਹਨਾਂ ਦੇ ਵਿੱਚ ਵੀ ਆਪਸ ਦੇ ਵਿੱਚ ਬੇਸ਼ੱਕ ਇਕੱਠੇ ਹੋ ਰਹੇ ਨੇ, ਪਰ ਆਪਸ 'ਚ ਵੀ ਬੜੇ ਮਤਭੇਦ ਨੇ। ਕੋਈ ਪ੍ਰਧਾਨ ਮੰਤਰੀ ਮੋਦੀ ਨੂੰ ਹੀ ਦੁਬਾਰਾ ਦੇਖਣਾ ਚਾਹੁੰਦਾ ਅਤੇ ਕੋਈ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਨਾ ਦੇਖਣਾ ਚਾਹੁੰਦਾ ਹੈ? ਨਹੀਂ, ਮੋਦੀ ਹੈਜ਼ ਡਨ ਆਈ ਥਿੰਕ ਗੁੱਡ ਜੋਬ, ਆਈ ਥਿੰਕ ਪੀਪਲ ਵਿਲ ਸ਼ੁੱਡ ਹੀ ਸ਼ੁੱਡ ਬੀ ਗਿਵਨ ਅ ਸੈਕਿੰਡ ਚਾਂਸ। ਤਾਂ ਮੈਨੂੰ ਲੱਗਦਾ ਵੀ ਜ਼ਿਆਦਾ ਲੋਕ ਸਿਆਣੇ ਹੋਣਗੇ ਤਾਂ ਉਹਨੂੰ ਮੇਰਾ ਖਿਆਲ ਇੱਕ ਚਾਂਸ ਉਹ ਡਿਜ਼ਰਵ ਕਰਦਾ ਹੈ। ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਵੇ, ਪਹਿਲਾਂ ਹੀ ਬੈਕਫੁੱਟ 'ਤੇ ਆਇਆ ਹੋਇਆ ਅਕਾਲੀ ਦਲ, ਬੜੇ ਸਾਰੀਆਂ ਚੀਜ਼ਾਂ ਨੂੰ ਲੈ ਕੇ, ਚਾਹੇ ਉਹ ਬੇਅਦਬੀ ਦੇ ਮਾਮਲੇ ਹੋਣ, ਪਰ ਕੀ ਲੱਗਦਾ ਕਿ 2019 ਦੇ ਵਿੱਚ ਅਕਾਲੀ ਦਲ ਨੂੰ ਦੁਬਾਰਾ ਉਹ ਬੂਸਟ ਮਿਲੇਗਾ? ਨਹੀਂ, ਅਕਾਲੀ ਵਿਲ ਬੀ ਏਬਲ ਟੂ ਗੇਨ ਸਮ, ਰੀਗੇਨ ਸਮ ਗਰਾਊਂਡ, ਥੋੜ੍ਹੀ ਗਰਾਊਂਡ ਤਾਂ ਰੀਗੇਨ ਕਰਨਗੇ। ਦੇ ਡਿਡ ਸਮ ਡਿਵੈਲਪਮੈਂਟ ਵਰਕ ਉਹਨਾਂ ਨੇ ਕੀਤਾ ਸੀ, ਪਰ ਜਿਹੜੇ ਰਿਲੀਜੀਅਸ ਮੁੱਦੇ ਸੀ ਉੱਥੇ ਉਹ ਫੇਲ ਹੋ ਗਏ। ਡਰੱਗਸ ਦੇ ਮਾਮਲੇ 'ਚ, ਪਰ ਡਰੱਗਸ ਦੀ ਪੋਜੀਸ਼ਨ ਅੱਜ ਵੀ ਉਹੀ ਹੈ, ਅਨਇੰਪਲੋਇਮੈਂਟ ਦੀ ਪੋਜੀਸ਼ਨ ਅੱਜ ਵੀ ਉਹੀ ਹੈ, ਪਰ ਉਹਨਾਂ ਨੂੰ ਅਗਰ ਜ਼ਿਆਦਾ ਵੱਡੀ ਚੋਟ ਲੱਗੀ ਹੈ ਤਾਂ ਉਹ ਰਿਲੀਜੀਅਸ ਮਾਮਲੇ ਕਰਕੇ ਲੱਗੀ ਹੈ। ਉਹ ਜਿਹੜਾ ਉਹਨਾਂ ਦਾ ਵੋਟ ਬੈਂਕ ਸੀ, ਕੋਰ ਵੋਟ ਬੈਂਕ, ਦੈਟ ਹੈਜ਼ ਸ਼ਿਫਟਡ। ਉਸ ਤੋਂ ਬਾਅਦ ਇਹ ਹੋਇਆ ਕਿ ਟਕਸਾਲੀ ਵੱਖ ਹੋ ਗਏ, ਉਹਨਾਂ ਦਾ ਟਕਸਾਲੀ ਵੱਖ ਹੋ ਗਏ। ਨਾਓ ਇਟ ਇਜ਼ ਟੂ ਬੀ ਸੀਨ ਕਿ ਲੋਕ ਉਹਨਾਂ ਨੂੰ ਹੁਣ ਦੁਬਾਰਾ ਵੋਟ ਪਾਉਂਦੇ ਕਿ ਨਹੀਂ ਪਾਉਂਦੇ ਦਿਸ ਟਾਈਮ। ਕੀ ਨਾਮ ਹੈ ਜੀ? ਚੋਪੜਾ। ਚੋਪੜਾ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹ ਛੋਟੀਆਂ ਛੋਟੀਆਂ ਪਾਰਟੀਆਂ ਵਿਰੋਧੀ ਤਰ੍ਹਾਂ ਇਕੱਠੇ ਹੋ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਕੁੰਬੇ ਨੂੰ ਢਹਿ ਢੇਰੀ ਕਰ ਪਾਉਣਗੀਆਂ? ਨਹੀਂ, ਕੁਛ ਨਾ ਰੋਲ ਨੇ ਸਾਡੇ ਇੱਥੇ ਮੇਨ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਹੀ ਹੈ, ਅਤੇ ਅਕਾਲੀ ਦਲ ਇੱਦਾਂ ਸੀ ਉਹ ਡਾਊਨ ਹੋ ਗਏ, ਕੁਛ ਅਨਇੰਪਲੋਇਮੈਂਟ ਦਾ ਕੁਛ ਨਹੀਂ ਕਰ ਸਕੇ, ਕਿਸਾਨਾਂ ਨੂੰ ਜ਼ਿਆਦਾ ਫਾਇਦਾ ਕੀਤਾ ਲੇਕਿਨ ਉਹਦਾ ਵੀ ਕੋਈ ਉਹਨਾਂ ਨੂੰ ਮੁੱਲ ਜ਼ਿਆਦਾ ਦੇਣ ਦਾ ਫਾਇਦਾ ਨਹੀਂ ਹੋਇਆ। ਅਤੇ ਮੇਨ ਹੁੰਦਾ ਵੀ ਜਿਹੜੀ ਸਾਡੀ ਅਨਇੰਪਲੋਇਮੈਂਟ ਆ ਉਹਨੂੰ ਦੂਰ ਕਰਨਗੀ ਜੇ ਕੋਸ਼ਿਸ਼ ਕਰਨਗੇ, ਚਾਹੇ ਕਾਂਗਰਸ ਦਾ ਫੇਰ ਹੀ ਵੋਟਾਂ 19 ਨੂੰ ਪੈਣਗੀਆਂ, ਅਦਰਵਾਈਜ਼ ਨਹੀਂ। ਕੋਈ ਜੂਥ ਵਿਹਲਾ ਬੈਠਾ ਆ, ਕੋਈ ਫਾਇਦਾ ਨਹੀਂ। ਅਤੇ ਜਿੰਨਾ ਕੁ ਯੂਥ ਬਾਹਰ ਫੋਰਨ ਕੰਟਰੀ 'ਚ ਪੰਜਾਬ 'ਚ ਗਿਆ ਸੀ ਉਹਦੇ ਕਰਕੇ ਇੰਨਾ ਡਿਵੈਲਪ ਹੋਇਆ ਹੈਗਾ, ਅਤੇ ਪਿਛਲੇ 10 ਸਾਲਾਂ 'ਚ ਕੋਈ ਯੂਥ ਨੂੰ ਦੇਣ ਕੋਈ ਨਹੀਂ ਹੈ। ਮੇਨ ਯੂਥ ਦਾ ਭਿੱਖ ਜਿਹੜਾ ਸਾਰੇ ਜਿਹੜੀ ਪਾਰਟੀ ਉਹ ਸੋਚੇਗੀ ਉਹੀ ਹੀ ਪਾਰਟੀ ਜਾਏ। ਹੁਣ ਤੱਕ ਬੜੀਆਂ ਛੋਟੀਆਂ ਛੋਟੀਆਂ ਪਾਰਟੀਆਂ ਚਾਹੇ PPP ਹੋਵੇ, ਉਹ ਆਈਆਂ ਖਤਮ ਹੋ ਗਈਆਂ, ਆਮ ਆਦਮੀ ਪਾਰਟੀ ਆਈ ਉਹ ਆਪਣੇ ਧੜਿਆਂ 'ਚ ਹੀ ਵੰਡੀ ਗਈ, ਆਮ ਆਦਮੀ ਪਾਰਟੀ ਤੋਂ ਬੰਦਿਆਂ ਨੇ ਨਿਕਲ ਕੇ ਨਵੇਂ ਧੜੇ ਬਣਾ ਲਏ। ਕੀ ਲੱਗਦਾ ਹੈ ਕਿ ਉਹ ਸਾਰੀਆਂ ਨਿੱਕੀਆਂ ਨਿੱਕੀਆਂ ਪਾਰਟੀਆਂ ਇਕੱਠੇ ਹੋ ਕੇ ਕੁਝ ਨਾ ਕੁਝ ਥੋੜ੍ਹਾ ਬਹੁਤਾ ਨੁਕਸਾਨ ਕਰ ਪਾਉਣਗੀਆਂ? ਨੁਕਸਾਨ ਪਰ ਨਹੀਂ, ਓਵਰਆਲ ਇਹਨਾਂ ਦਾ ਕੋਈ ਵਜੂਦ ਨਹੀਂ ਜੀ ਛੋਟੀਆਂ ਪਾਰਟੀਆਂ ਦਾ। ਮੇਨ ਤਾਂ ਆਪਣੇ ਕਾਂਗਰਸ ਔਰ BJP ਅਕਾਲੀ ਦਲ ਸੀਗੀ, ਉਹ ਇਹਨਾਂ ਨੇ 10 ਸਾਲ 'ਚ ਬਹੁਤ ਕੁਛ ਯੂਜ਼ ਦਾ ਨਹੀਂ ਕੀਤਾ, ਉਸ ਕਰਕੇ ਜਿਹੜਾ ਬਹੁਤ ਬੁਰਾ ਹਾਲ ਆ। ਡਰੱਗ ਸਿਸਟਮ ਹੋ ਗਿਆ, ਉਹਨਾਂ ਵਾਲੇ ਯੂਥ ਵੀ ਵਿਹਲਾ ਬਹਿਣ ਲੱਗ ਪਿਆ, ਕੋਈ ਨਸ਼ੇੜੀ ਹੋ ਗਿਆ, ਇਹ ਚੱਕਰ ਹੈ। ਲੋਕ ਸਭਾ ਚੋਣਾਂ 'ਚ ਮੁੱਖ ਮੁਕਾਬਲਾ ਕਿਹੜੀ ਪਾਰਟੀ 'ਚ ਦੇਖਦੇ ਹੋ? ਕਾਂਗਰਸ ਔਰ ਇਹਦੇ ਵਿੱਚ ਹੀ ਹੋਏਗਾ, BJP ਅਕਾਲੀ, ਕਾਂਗਰਸ BJP ਅਕਾਲੀ, ਰਵਾਇਤੀ ਪਾਰਟੀਆਂ 'ਚ, ਬਾਕੀ ਖਤਮ ਆ, ਹੈ ਨਹੀਂ ਕੁਛ ਨਹੀਂ ਹੈਗਾ। ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ ਜੀ? ਕਿਰਪਾਲ ਸਿੰਘ। ਕਿਰਪਾਲ ਸਿੰਘ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰੇ ਫਰੰਟ ਜਿਹੜੇ ਆ ਉਹ ਇਕੱਠੇ ਬੇਸ਼ੱਕ ਹੋ ਜਾਣ, ਕਿੰਨਾ ਕੁ ਇਹਨਾਂ ਦਾ ਰਵਾਇਤੀ ਪਾਰਟੀਆਂ ਦਾ ਨੁਕਸਾਨ ਕਰ ਪਾਉਣਗੇ? ਮੈਂ ਤਾਂ ਇਹ ਮਹਿਸੂਸ ਕਰ ਰਿਹਾ ਜੀ ਕਿ ਜਿਹੜੇ ਛੋਟੇ ਛੋਟੇ ਚੋਰ ਹੈ ਉਹ ਇਕੱਠੇ ਹੋ ਰਹੇ ਹੈ ਵੱਡੇ ਚੋਰਾਂ ਨੂੰ ਢਾਹਣ ਵਾਸਤੇ। ਵੱਡੇ ਚੋਰ ਢੱਠ ਨਹੀਂ ਸਕਦੇ ਛੋਟੇ ਚੋਰਾਂ ਕੋਲੋਂ, ਤਾਂ ਵੱਡਿਆਂ ਨੇ ਵੱਡੇ ਹੀ ਰਹਿਣਾ, ਉਹ ਪੱਕੇ ਚੋਰ ਹੈ ਉਹਨਾਂ ਨੇ ਰਹਿਣਾ ਹੀ ਰਹਿਣਾ, ਇਹ ਵਿਚਾਰੇ ਧੱਕੇ ਧੁੱਕੇ ਖਾ ਕੇ ਫਿਰ ਵਾਪਸ ਆ ਜਾਣ। ਬੇਸ਼ੱਕ ਇੱਕ ਮੰਚ ਤੇ ਇਕੱਠੇ ਹੋਣ ਦੀਆਂ ਗੱਲਾਂ ਕਰਦੇ ਪਏ ਨੇ, ਪਰ ਆਪਸੀ ਏਕਾ ਹਜੇ ਇਹਨਾਂ ਦੇ ਵਿੱਚ ਵੀ ਨਹੀਂ ਨਜ਼ਰ ਆ ਰਿਹਾ, ਕਿਉਂਕਿ ਇਹਨਾਂ ਦੇ ਵਿੱਚ ਬੇਸ਼ੱਕ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਲੈ ਕੇ ਮਤਭੇਦ ਨੇ, ਤੇ ਕਿਤੇ ਨਾ ਕਿਤੇ ਖਹਿਰਾ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਸਵਾਗਤ ਹੈ, ਪਰ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਖਹਿਰੇ ਦੇ ਨਾਲ ਨਹੀਂ ਜਾਵਾਂਗੇ। ਨਹੀਂ, ਹੋ ਸਕਦਾ ਖਹਿਰਾ ਚੰਗਾ ਆਦਮੀ ਹੋਵੇ, ਪਰ ਜਿਹੜੇ ਆਲੇ ਦੁਆਲੇ ਹੈ ਉਹ ਇੰਨੇ ਅੱਛੇ ਨਹੀਂ ਹੈ ਜਿੰਨਾ ਖਹਿਰਾ ਆਪਣੇ ਆਪ ਨੂੰ ਸਮਝਦਾ, ਤਾਂ ਜਦ ਤੱਕ ਇਹ ਟੋਲਾ ਠੀਕ ਨਹੀਂ ਹੋਏਗਾ ਤਦ ਤੱਕ ਕੋਈ ਮੁਕਾਬਲਾ ਨਹੀਂ ਹੋ ਸਕਦਾ। ਤੇ ਤੁਸੀਂ 2019 ਦੇ ਵਿੱਚ ਮੁੱਖ ਮੁਕਾਬਲਾ ਕਿਹਦੇ 'ਚ ਦੇਖਦੇ ਹੋ? ਉਹ ਤਾਂ ਕਾਂਗਰਸ BJP 'ਚ ਹੀ ਹੈ, ਇਹ ਅਕਾਲੀਆਂ ਦਾ ਤਾਂ ਮੈਨੂੰ ਕੋਈ ਲੱਗਦਾ ਨਹੀਂ ਖਾਸ ਵਜੂਦ। ਅਤੇ ਅਕਾਲੀ, ਤੁਹਾਨੂੰ ਮੁੱਖ ਕਾਰਨ ਕਿਹੜਾ ਲੱਗਦਾ ਕਿ ਜੇਕਰ ਅਕਾਲੀ ਦਲ ਦਾ ਨਿਗਾਰ ਹੋਇਆ ਹੈ ਤਾਂ ਉਹਦਾ ਮੁੱਖ ਕਾਰਨ ਕੀ ਹੈ? ਮੁੱਖ ਕਾਰਨ ਇਹ ਹੈ ਕਿ ਸਭ ਲੋਕ ਮਹਿਸੂਸ ਕਰਦੇ ਹਾਂ ਵੀ ਉਹਨਾਂ ਨੇ ਬੇਈਮਾਨੀ ਬਹੁਤ ਕੀਤੀ ਹੈ, ਤਾਂ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕੇ। ਵੈਸੇ ਤਾਂ ਸਾਨੂੰ ਨਜ਼ਰ ਆਉਂਦਾ ਸੀ ਕਿ ਡਿਵੈਲਪਮੈਂਟ ਬੜੀ ਸੜਕਾਂ ਦੀ ਹੋਈ, ਲੇਕਿਨ ਯੂਥ ਦਾ ਕੁਛ ਨਹੀਂ ਕੀਤਾ, ਐਜੂਕੇਸ਼ਨ ਦਾ ਕੁਛ ਨਹੀਂ ਕੀਤਾ, ਹੈਲਥ ਦਾ ਕੁਛ ਨਹੀਂ ਕੀਤਾ, ਮੁਲਾਜ਼ਮਾਂ ਦਾ ਕੁਛ ਨਹੀਂ ਕੀਤਾ, ਤਾਂ ਲੋਕ ਬੜੇ ਡਿਸਗਰੰਟਲਡ ਹੈ। ਅਤੇ ਸ਼ਾਇਦ ਹੀ ਹੁਣ ਅੱਗੇ ਤੋਂ 15 ਤਾਂ ਹੀ ਸਿਮਟ ਗਿਆ, ਹੁਣ 5 ਦੇ ਹੀ ਨਾਲ ਸਿਮਟ ਜਾਣ। ਬੇਸ਼ੱਕ ਦਾਵਾ 13 ਦਾ ਕਰਦੇ ਪਏ ਨੇ, ਪਰ ਉਹ ਕਿੰਨੇ ਕੁ ਜ਼ਮੀਨੀ ਹਕੀਕਤ ਉਹਨਾਂ ਦੀ ਨਿਕਲਦੀ ਹੈ ਤਾਂ ਪਤਾ ਲੱਗ ਜਾਏਗਾ। ਅਤੇ ਪੰਜਾਬ ਦੇ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ, ਤੁਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਕਿਹਨੂੰ ਚਾਹੁੰਦੇ ਹੋ ਕਿ ਪ੍ਰਧਾਨ ਮੰਤਰੀ ਦੁਬਾਰਾ ਬਣੇ?
ਐਮ ਪੀ ਜਿਹਨੂੰ ਲਾਈ ਕਰਨਗੇ ਉਹ ਬਣੇਗਾ ਤੇ ਇਹ ਤਾਂ ਇਲੈਕਸ਼ਨ ਦੇ ਬਾਅਦ ਹੀ ਪਤਾ ਲੱਗ ਸਕਿਆ। ਤੁਸੀਂ ਨੇ ਵੀ ਕਿਤੇ ਨਾ ਕਿਤੇ ਮੰਨ ਲਿਆ ਇਹਨਾਂ ਨੇ ਵੀ ਕਿ ਮੁੱਖ ਮੁਕਾਬਲਾ ਜਿਹੜਾ ਹੈ ਰਵਾਇਤੀ ਪਾਰਟੀਆਂ ਦੇ ਵਿੱਚ ਹੀ ਹੈ, ਬੇਸ਼ੱਕ ਇਹ ਛੋਟੀਆਂ ਛੋਟੀਆਂ ਪਾਰਟੀਆਂ ਜਿਹੜੀਆਂ ਨੇ ਉਹ ਇਕੱਠੇ ਹੋ ਕੇ ਕੋਸ਼ਿਸ਼ ਕਰ ਰਹੀਆਂ ਨੇ ਕਿ ਰਵਾਇਤੀ ਪਾਰਟੀਆਂ ਨੂੰ ਢਹਿ ਢੇਰੀ ਕੀਤਾ ਜਾਵੇ, ਪਰ ਮੁੱਖ ਮੁਕਾਬਲਾ ਜਿਹੜਾ ਹੈ ਉਹ ਰਵਾਇਤੀ ਪਾਰਟੀਆਂ ਦੇ ਵਿੱਚ ਹੀ ਹੈ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹ ਕੀ ਸੋਚਦੇ ਨੇ, ਮਹਾਂਗਠਜੋੜ ਦਾ ਸਿਆਸੀ ਭਵਿੱਖ ਕੀ ਹੈ। ਫਿਲਹਾਲ ਰੁਕਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲ ਹੋ ਰਹੀ ਹੈ ਮਹਾਂਗਠਜੋੜ ਦੇ ਸਿਆਸੀ ਭਵਿੱਖ ਬਾਰੇ। ਸੀਨੀਅਰ ਸਿਟੀਜ਼ਨਸ ਦਾ ਕੀ ਕਹਿਣਾ ਤਾਂ ਸੁਣ ਲਿਆ, ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਹਿੰਦੇ ਨੇ ਕਿ ਨੌਜਵਾਨ ਜਿਹੜੇ ਆ ਉਹ ਬਹੁਤ ਮੁੱਖ ਭੂਮਿਕਾ ਜਿਹੜੀ ਨਿਭਾਉਂਦੇ ਨੇ ਦੇਸ਼ ਦਾ ਜਿਹੜਾ ਕੋਈ ਵੀ ਕੰਮ ਹੋਵੇ। ਇਹਨਾਂ ਦੇ ਕੋਲੋਂ ਜਾਣਾਂਗੇ ਕਿ ਸਿਆਸਤ ਜਿਹੜੀ ਪੰਜਾਬ ਦੀ ਆ ਉਹਦੇ ਬਾਰੇ ਕੀ ਸੋਚਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ? ਮਨਪ੍ਰੀਤ ਸਿੰਘ। ਮਨਪ੍ਰੀਤ, ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਾਂਗਠਜੋੜ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਚਿੱਤ ਕਰਨ ਵਾਸਤੇ ਰਵਾਇਤੀ ਪਾਰਟੀਆਂ ਨੂੰ, ਭਵਿੱਖ ਕੀ ਦੇਖਦੇ ਹੋ? ਨਹੀਂ ਮੈਮ, ਦੇਖੋ ਮਹਾਂਗਠਜੋੜ ਦਾ ਕੋਈ ਭਵਿੱਖ ਤਾਂ ਲੱਗਦਾ ਨਹੀਂ ਇਹਦਾ ਪੰਜਾਬ, ਕਿਉਂਕਿ ਆਪ ਦੀ ਪਾਰਟੀ ਮੇਨ ਉੱਭਰ ਕੇ ਆਈ ਜਿਹੜੀ ਤੀਜੀ ਪਾਰਟੀ ਦੇ ਵਜੋਂ, ਉਹ ਸਾਰੀ ਖਿੰਡ ਚੁੱਕੀ ਹੈ। ਖੈਰੇ ਨੂੰ ਇਹਨਾਂ ਨੇ ਅਲੱਗ ਕਰਤਾ ਬਿਲਕੁਲ ਹੀ, ਉਦੋਂ ਬਾਅਦ ਛੋਟੇ ਪੁਰ ਸੀ ਉਹ ਵੀ ਆਪ ਤੋਂ ਬਾਹਰ ਹੋ ਚੁੱਕਿਆ ਹੈਗਾ, ਅਤੇ ਗਾਂਧੀ ਵਗੈਰਾ ਜਿਹੜੀ ਮਤਲਬ ਇਹਨਾਂ ਦੇ ਮੇਨ ਲੀਡਰ ਬਣ ਸਕਦੇ ਸੀ ਮਹਾਂਗਠਜੋੜ ਦੇ ਵਿੱਚ, ਅਤੇ ਉਹ ਹੈ ਨਹੀਂ। ਕਾਂਗਰਸ ਆਪ ਨੇ ਪਹਿਲਾਂ ਹੀ ਕਹਿ ਚੁੱਕੇ ਨੇ ਵੀ ਅਸੀਂ ਕਾਂਗਰਸ ਕੋਈ ਗਠਜੋੜ ਨਹੀਂ ਕਰਨਾ ਚਾਹੁੰਦੇ। ਅਕਾਲੀ ਦਲ ਨੇ ਉਹ ਵੀ ਬਿਲਕੁਲ ਖਿਲਾਫ਼ ਨੇ। ਸੋ ਜੇ ਇਹ ਬੀਜੇਪੀ ਦੇ ਖਿਲਾਫ਼ ਕਰਨਾ ਚਾਹੁੰਦੇ ਨੇ ਤਾਂ ਪੰਜਾਬ 'ਚ ਘੱਟੋ ਘੱਟ ਦਾ ਕੋਈ ਫਿਊਚਰ ਨਹੀਂ ਦਿਖਦਾ। ਹਾਂ, ਜੇ ਹੋ ਸਕਦਾ ਵੀ ਆਪ ਇੱਕ ਪਾਸੇ ਹੋ ਜੇ ਅਤੇ ਖਹਿਰੇ ਵਗੈਰਾ ਆਪਣੀ ਪਾਰਟੀ ਲੈ ਕੇ ਆਉਣ ਅਤੇ ਸ਼ਾਇਦ ਫਿਰ ਕੁਛ ਬਣ ਜੇ, ਅਦਰਵਾਈਜ਼ ਇਹਦਾ ਕੋਈ ਰੀਜ਼ਨ ਨਹੀਂ। ਤੁਸੀਂ ਗੱਲ ਕੀਤੀ ਕਿ ਸ਼ਾਇਦ ਕੁਛ ਬਣ ਜੇ, ਗੱਲ ਜਦੋਂ ਆਮ ਆਦਮੀ ਪਾਰਟੀ ਦੀ ਆਉਂਦੀ ਹੈ, ਟਕਸਾਲੀਆਂ ਦੀ ਗੱਲ ਆਉਂਦੀ ਜਿਹੜੇ ਅਕਾਲੀ ਦਲ ਤੋਂ ਵੱਖ ਹੋਏ, ਉਹ ਟਕਸਾਲੀ ਆਮ ਆਦਮੀ ਪਾਰਟੀ ਦੇ ਨਾਲ ਹੱਥ ਮਿਲਾਉਣ ਨੂੰ ਤਾਂ ਤਿਆਰ ਨੇ, ਪਰ ਆਮ ਆਦਮੀ ਪਾਰਟੀ ਕਹਿੰਦੀ ਕਿ ਉਹ ਹੱਥ ਨਹੀਂ ਮਿਲਾਉਣ ਕਿਉਂਕਿ ਖਹਿਰਾ ਵਿੱਚ ਹੈ। ਉਹ ਖਹਿਰੇ ਦੀ ਜਿਹੜੀ ਖਹਿਰੇ ਹੈਗਾ, ਖਹਿਰਾ ਆਪਣੀ ਜਗ੍ਹਾ ਬਿਲਕੁਲ ਸਹੀ ਹੈ, ਉਹ ਇਹਨਾਂ ਦਾ ਡਿਸੀਜਨ ਬਿਲਕੁਲ ਆਪਦਾ ਗਲਤ ਸੀਗਾ ਜਿਹੜਾ ਉਹਨੂੰ ਸਿਰਫ ਇੱਕ ਵਿਰੋਧੀ ਧਿਰ ਦੇ ਪ੍ਰਧਾਨ ਵਜੋਂ ਉਹਨੂੰ ਬਾਹਰ ਕਰਨਾ, ਇਹ ਬਿਲਕੁਲ ਗਲਤ ਸੀਗਾ, ਕਿਉਂਕਿ ਬੁਲਾਰਾ ਬਹੁਤ ਵਧੀਆ ਸੀ ਲੋਕਾਂ ਵਾਸਤੇ। ਜਿੰਨੀ ਨੌਲੇਜ ਉਹਨੂੰ ਸ਼ਾਇਦ ਚੀਮੇ ਨੂੰ ਉਨੀ ਨੌਲੇਜ ਨਹੀਂ ਹੈਗੀ। ਪਰ ਤੁਹਾਨੂੰ ਕੀ ਲੱਗਦਾ ਕਿ ਖਹਿਰੇ ਨੇ ਇੱਕਦਮ ਆਪਣੀ ਪਾਰਟੀ ਬਣਾ ਲਈ ਪੰਜਾਬੀ ਏਕਤਾ ਪਾਰਟੀ, ਇੰਨੇ ਘੱਟ ਸਮੇਂ ਦੇ ਵਿੱਚ ਉਹਨੂੰ ਅਸਟੈਬਲਿਸ਼ ਕਰ ਪਾਉਣਗੇ? ਨਹੀਂ 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 ਮੈਮ, ਬਿਲਕੁਲ ਇਹਨਾਂ ਦਾ ਮੇਰੇ ਖਿਆਲ 'ਚ ਹਾਲ ਸ਼ਾਇਦ ਮਨਪ੍ਰੀਤ ਬਾਦਲ ਦੀ PPP ਵਾਲ ਹੋ ਜੇ, ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਹੀ ਰਲ ਜਾਣਾ ਜਾਂ ਮਰਜ ਹੋ ਜਾਣਾ ਗਾ, ਅਤੇ ਇਹਨਾਂ ਦਾ ਕੋਈ ਫਿਊਚਰ ਨਹੀਂ ਹੈ, ਖਹਿਰੇ ਦੀ ਪਾਰਟੀ ਦਾ ਕੋਈ ਫਿਊਚਰ ਨਹੀਂ ਹੋਏਗਾ। ਲੋਕ ਸਭਾ ਚੋਣਾਂ 2019 ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਮੁਕਾਬਲਾ ਕਿਹੜੀ ਪਾਰਟੀ 'ਚ ਦੇਖਦੇ ਹੋ? ਮੁੱਖ ਮੁਕਾਬਲਾ ਤਾਂ ਮੈਮ ਕਾਂਗਰਸ ਦਾ ਹੀ ਹੋਏਗਾ ਮੋਸਟਲੀ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਪਾਰਟੀ ਹੈ ਤਾਂ ਲੋਕਾਂ ਦਾ ਜ਼ਿਆਦਾ ਧਿਆਨ ਕਾਂਗਰਸ ਦੀ ਵੋਟਾਂ ਵੱਲ ਹੀ ਹੋਏਗਾ। ਸਾਰੇ ਹੀ ਚਾਹੁੰਗੇ ਕਿ ਜਿਹੜੀ ਸਾਡੀ ਪ੍ਰਦੇਸ਼ ਦੀ ਸਰਕਾਰ ਹੈ ਵੀ ਉਸ ਦੀ ਹੈਲਪ ਕਰੀਏ ਤਾਂ ਕਿ ਉਹ ਵੀ ਅੱਗੇ ਸਾਡੇ ਕੰਮ ਆ ਸਕਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਰ, ਕੀ ਲੱਗਦਾ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਛੋਟੇ ਛੋਟੇ ਫਰੰਟ ਇਕੱਠੇ ਹੋ ਰਹੇ ਨੇ ਇੱਕ ਮੰਚ 'ਤੇ ਕਿ ਅਸੀਂ ਰਵਾਇਤੀ ਪਾਰਟੀਆਂ ਨੂੰ ਢਾਹ ਲਾਉਣੀ ਹੈ, ਕੀ ਲੱਗਦਾ ਕਿ ਉਹਨਾਂ ਦਾ ਕੁੰਬਾ ਢਹਿ ਢੇਰੀ ਕਰਨ 'ਚ ਕਾਮਯਾਬ ਹੋਣਗੇ? ਗੱਲ ਇਹ ਹੈ ਜੀ ਵੀ ਉਹ ਤਾਂ ਆਪ ਹੀ ਵਿਚਾਰੇ ਡੈਸਪਰੇਟ ਹੋਏ ਹੋਏ ਆ, ਕੋਈ ਉਹਨਾਂ ਨੂੰ ਵੋਟਾਂ ਨਹੀਂ ਪਾਉਂਦਾ। ਆਹ ਕੇਜਰੀਵਾਲ ਨੂੰ ਲੈ ਲਓ, ਉਹ ਦਿੱਲੀ 'ਚੋਂ ਹੀ ਨਹੀਂ ਉਹਨੇ ਜਿੱਤਣਾ ਅਤੇ ਪੰਜਾਬ 'ਚੋਂ ਉਹਨੇ ਕਿੱਥੋਂ ਜਿੱਤ ਜਾਣਾ? ਪਹਿਲਾਂ ਸੀਟਾਂ ਜਿਹੜੀਆਂ ਆ ਗਈਆਂ ਪਿੱਛੇ ਆ ਗਈਆਂ, ਲੋਕਾਂ ਨੂੰ ਪਤਾ ਨਹੀਂ ਸੀ ਵੀ ਕਿਹੜੀ ਕਿਸ ਤਰ੍ਹਾਂ ਦੀ ਚੀਜ਼ ਆ ਇਹ, ਅਤੇ ਹੁਣ ਆਪਣਾ ਮੁਕਾਬਲਾ ਜਿਹੜਾ ਇੱਥੇ BJP ਔਰ ਕਾਂਗਰਸ ਦਾ ਹੀ ਹੋਏਗਾ। ਬੀਜੇਪੀ ਕਾਂਗਰਸ ਦੀ ਤੁਸੀਂ ਗੱਲ ਕੀਤੀ, ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਦੇ ਜਿਹੜੇ ਮੋਢੀ ਮੰਨੇ ਜਾਂਦੇ ਸੀ ਟਕਸਾਲੀ, ਉਹ ਵੱਖ ਹੋ ਗਏ ਨੇ। ਅਕਾਲੀ ਦਲ ਜਿਹੜਾ ਹੈਗਾ ਬੇਸਿਕਲੀ ਜਿਹੜਾ ਬਾਦਲ ਗਰੁੱਪ ਹੈਗਾ ਉਹੀ ਰਿਪ੍ਰਜੈਂਟ ਕਰਦਾ, ਕਿਉਂਕਿ SGPC ਦੇ ਵਿੱਚ ਉਹਨਾਂ ਦਾ ਜ਼ੋਰ ਹੈ, SGPC ਦੇ ਹੋਣ ਕਰਕੇ ਵੀ ਉਹ ਰਿਪ੍ਰਜੈਂਟ ਕਰਦੇ ਆ, ਸਿੱਖ ਕਮਿਊਨਿਟੀ ਨੂੰ ਰਿਪ੍ਰਜੈਂਟ ਅਸਲੀ ਉਹੀ ਕਰਦੇ ਆ, ਨਾ ਕਿ ਕੋਈ ਹੋਰ ਸਪਲੈਂਡਰ ਗਰੁੱਪ। ਕੀ ਲੱਗਦਾ ਹੈ ਕਿ ਟਕਸਾਲੀ ਵੱਖ ਹੋ ਗਏ ਨੇ, ਸੁਖਪਾਲ ਖਹਿਰਾ ਵੱਖ ਹੋ ਗਿਆ, ਸਿਮਰਜੀਤ ਬੈਂਸ, ਡਾਕਟਰ ਗਾਂਧੀ ਦਾ ਫਰੰਟ, ਇਹ ਸਾਰੇ ਇੱਕ ਜਗ੍ਹਾ 'ਤੇ ਜੇ ਮਿਲ ਜਾਣ ਤਾਂ ਕੁਝ ਨਾ ਕੁਝ ਨੁਕਸਾਨ ਕਰਨਗੇ? ਦੇਖੋ ਜੀ, ਨੁਕਸਾਨ ਤਾਂ ਹੁੰਦਾ ਹੀ ਹੈ, ਪਰ ਉਸ ਹੱਦ ਤੱਕ ਨੁਕਸਾਨ ਨਹੀਂ ਹੋ ਸਕਦਾ ਜਿਹੜੇ ਹੱਦ ਤੱਕ ਅਸੀਂ ਉਹ ਸੋਚਦੇ ਹਾਂ ਵੀ ਐਂ ਹੋ ਜਾਏਗਾ, ਉਹ ਨਹੀਂ ਹੈ। ਲੋਕ ਹੁਣ ਜਾਗ ਰੂਪ ਹੋਏ ਹੋਏ ਆ, ਲੋਕਾਂ ਨੂੰ ਸਾਰੀ ਸਮਝ ਆਉਂਦੀ ਹੈ ਇਹਨਾਂ ਗੱਲਾਂ ਦੀ। ਬਹੁਤ ਬਹੁਤ ਸ਼ੁਕਰੀਆ। ਪੰਜਾਬ ਦੇ ਵਿੱਚ ਹੁਣ ਇਸ ਵੇਲੇ ਪੂਰੀ ਤਰ੍ਹਾਂ ਜੋੜ ਤੋੜ ਕੀਤੇ ਜਾ ਰਹੇ ਨੇ, ਕੋਈ ਆਪਣੀ ਪਾਰਟੀ ਛੱਡ ਕੇ ਦੂਜੀ 'ਚ ਜਾ ਰਿਹਾ ਹੈ, ਸਿਆਸੀ ਗੱਠਜੋੜ ਕੀਤੇ ਜਾ ਰਹੇ ਨੇ, ਪਰ ਕੀ ਲੱਗਦਾ ਹੈ ਕਿ ਇਹ ਸਾਰੇ ਛੋਟੀਆਂ ਪਾਰਟੀਆਂ ਮਿਲ ਕੇ ਵੱਡੇ ਰਵਾਇਤੀ ਪਾਰਟੀਆਂ ਨੂੰ ਢਾਹ ਲਾਉਣ ਪਾਉਣਗੀਆਂ? ਦੇਖੋ ਜੀ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਪਹਿਲੇ ਵੀ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਸੈਂਟਰ ਦੇ ਵਿੱਚ ਸੀ, ਕਿੰਨੀ ਵਾਰ ਕਿੰਨੇ ਗਰੁੱਪ ਨਿਕਲ ਕੇ ਕਾਂਗਰਸ ਦੇ ਵਿੱਚੋਂ ਇਹ ਕਿੰਨੇ ਲੋਕ ਚਲੇ ਗਏ, ਪਰ ਕਾਂਗਰਸ ਨੂੰ ਬੇਸਿਕਲੀ ਕਦੀ ਫਰਕ ਨਹੀਂ ਪਿਆ। ਆ ਕੇ BJP ਨੇ ਹੀ ਆ ਕੇ ਥੋੜ੍ਹਾ ਜਿਹਾ ਕੀਤਾ 1:1। ਅਲਟੀਮੇਟਲੀ ਜਿਹੜੀ ਲੋਕਾਂ ਦੇ ਨੂੰ ਇਹ ਪਤਾ ਵੀ ਛੋਟੇ ਗਰੁੱਪ ਇਕੱਠੇ ਹੋ ਕੇ ਵੀ ਸਟੇਟ ਦਾ ਜਾਂ ਸੈਂਟਰ ਦਾ
ਅਤੇ ਹੁਣ ਉਹਨਾਂ ਨੂੰ ਵੀ ਪਤਾ ਕਿ ਕੋਈ ਅਗਰ ਸੈਂਟਰ ਦੇ ਵਿੱਚ ਜਾਂ ਸਟੇਟ ਦੇ ਵਿੱਚ ਜਿਸ ਤਰ੍ਹਾਂ ਪ੍ਰੈਜੈਂਟਲੀ ਕਾਂਗਰਸ ਹੈਗੀ ਹੈ, ਓਬਵੀਅਸਲੀ ਹੁਣ ਉਹ ਅੱਛਾ ਹੀ ਕੰਮ ਕਰ ਰਹੇ ਨੇ, ਔਰ ਫਿਲਹਾਲ ਤਾਂ ਕੋਈ ਐਸਾ ਚਾਂਸ ਨਹੀਂ ਹੈ ਸਾਰੇ ਇਕੱਠੇ ਹੋ ਜਾਣ ਅਤੇ ਕਾਂਗਰਸ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਸਕਣ। ਕਾਂਗਰਸ ਦੀ ਜੇਕਰ ਗੱਲ ਤੁਸੀਂ ਕੀਤੀ ਆ, ਸਟੇਟ 'ਚ ਮੈਜੋਰਿਟੀ ਦੇ ਨਾਲ ਉਹ ਆਈ ਸੀ, ਬਿਲਕੁਲ ਠੀਕ ਗੱਲ ਹੈ, ਔਰ ਪਬਲਿਕ ਨੇ ਬੜੀ ਸੋਚ ਸਮਝ ਕੇ ਕਾਂਗਰਸ ਨੂੰ ਰਹਿੰਦਾ, ਔਰ ਅਮਰਿੰਦਰ ਬਿਲਕੁਲ ਉਹਨਾਂ ਦੇ ਪੂਰਾ ਉਤਰ ਰਿਹਾ ਉਹਨਾਂ ਦਾ। ਅਤੇ ਮੁੱਖ ਮੁਕਾਬਲਾ ਤੁਸੀਂ ਕਿਹਦੇ ਵਿੱਚ ਦੇਖਦੇ ਹੋ, ਕਾਂਗਰਸ, ਅਕਾਲੀ, ਬੀਜੇਪੀ, ਆਮ ਆਦਮੀ ਪਾਰਟੀ ਨੂੰ ਕਿਤੇ ਮੰਨਦੇ ਹੋ? ਅਕਾਲੀ ਦੇਖੋ ਜੀ, ਅੱਗੇ ਅੱਗੇ ਵੀ ਅਕਾਲੀ ਬੀਜੇਪੀ ਨੇ ਔਰ ਵਰਸਿਸ ਕਾਂਗਰਸ ਦੇ, ਹੁਣ ਕਾਂਗਰਸ ਦਾ ਜ਼ਿਆਦਾ ਡੋਮੀਨੇਟਿੰਗ ਹੈ, ਅਕਾਲੀਆਂ ਦਾ ਵੀ ਉਹਨਾਂ ਜ਼ੋਰ ਨਹੀਂ ਚੱਲਣਾ ਫਿਲਹਾਲ, ਤਾਂ ਇੰਨੀ ਕ੍ਰੈਡੀਬਿਲਟੀ ਹੈ ਇਹਨਾਂ ਦੀ ਖਰਾਬ ਹੋਈ ਹੈ, ਅਤੇ ਆਪਾਂ ਸੋਚੀਏ ਵੀ ਹੁਣ ਐੱਮ ਪੀ ਦੇ ਇਲੈਕਸ਼ਨ ਦੇ ਵਿੱਚ ਕੋਈ ਬਹੁਤ ਫਰਕ ਪਾ ਲਾਂਗਾ, ਬਹੁਤ ਨਹੀਂ ਪੈਣਾ। ਪਰ ਇਹ ਹੈ, ਦੂਸਰੀ ਗੱਲ ਹੈ ਵੀ ਕਾਂਗਰਸ ਵੀ ਬਦਨਾਮੀ ਹੋਈ ਹੋਈ ਹੈ ਪੰਜਾਬ 'ਚ, ਕੋਈ ਐਡੀ ਗੱਲ ਨਹੀਂ ਹੈ। ਪੰਜਾਬ ਦੇ ਵਿੱਚ ਅਕਾਲੀ ਦਲ ਔਰ ਬੀ ਇਹਨਾਂ ਦਾ ਬੀਜੇਪੀ ਇੱਕ ਪਾਸੇ ਅਤੇ ਕਾਂਗਰਸ ਇੱਕ ਪਾਸੇ, ਇਹਨਾਂ ਦਾ ਮੁਕਾਬਲਾ ਹੋਏਗਾ। ਔਰ ਅਕਾਲੀ ਦਲ ਜਿਹੜਾ ਪਹਿਲਾਂ ਪਰਫੋਰਮੈਂਸ ਇਹਨਾਂ ਦੀ ਪਿਛਲੇ 14 'ਚ ਰਹੀ ਹੈ, ਉਸ ਤੋਂ ਬੈਟਰ ਇਹ ਹੋਏਗੀ, ਐਤਕੀ ਘੱਟ ਨਹੀਂ ਹੋਏਗੀ, ਕਾਂਗਰਸ ਵਿਲ ਲੂਜ਼ ਇਨ। ਬਹੁਤ ਬਹੁਤ ਸ਼ੁਕਰੀਆ। ਤੁਹਾਨੂੰ ਕੀ ਲੱਗਦਾ ਕਿ ਇਹ ਜਿੰਨੀਆਂ ਛੋਟੀਆਂ ਪਾਰਟੀਆਂ ਨੇ, ਪ੍ਰਧਾਨ ਮੰਤਰੀ ਜਿਹੜਾ ਹੈ ਉਹ ਕਿਹਨੂੰ ਦੇਖਦੇ ਹੋ? ਪੀਐਮ ਮੋਦੀ ਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ, ਨਹੀਂ ਕਰ ਸਕਦਾ, ਹੀ ਇਸ ਬੈਸਟ, ਨਾ ਮਾਇਆਵਤੀ ਨਾ ਮਮਤਾ ਬੈਨਰਜੀ ਨਾ ਕੋਈ, ਉਹ ਕੋਈ ਉਹਨਾਂ ਨੂੰ ਲਾਈਕ ਨਹੀਂ ਕਰਦਾ। ਮੈਂ ਮੰਨਦੇ ਹੋ ਦੁਬਾਰਾ ਆਣਗੇ? ਹਾਂ, ਮਤਲਬ ਇਹ ਕਿ ਹਾਂ ਮੋਦੀ ਆਏਗਾ, ਯੂਪੀ 'ਚ ਜਿਹੜਾ ਵੋਟਾਂ ਕੱਢ ਜਾਣੀਆਂ ਅਬਾਊਟ 20, ਬਾਕੀ ਐਸ ਪੀ ਐਮ ਤੇ ਹੀ ਇਜ਼ ਬੈਸਟ। ਪੰਜਾਬ 'ਚ ਕਿਹਨੂੰ ਸੋਚਦੇ ਹੋ? ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਮਾਹੌਲ ਹੈ, ਆਈ ਕਾਂਟ ਸੇ। ਚਲੋ, ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੁਣ ਤੱਕ, ਜਿੰਨੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਰਲਵੇਂ ਮਿਲਵੇਂ ਪ੍ਰਤੀਕਰਮ ਸਭ ਦੇ ਸਾਹਮਣੇ ਆਏ ਨੇ। ਕੋਈ ਕਹਿ ਰਿਹਾ ਕਿ ਇਹ ਜੇਕਰ ਵਿਰੋਧੀ ਸਾਰੇ ਇੱਕ ਮੰਚ 'ਤੇ ਇਕੱਠੇ ਹੋ ਜਾਣ ਤਾਂ ਰਵਾਇਤੀ ਪਾਰਟੀਆਂ ਦੇ ਕੁਨਬੇ ਨੂੰ ਢਹਿ ਢੇਰੀ ਕਰ ਸਕਦੇ ਨੇ, ਜਦਕਿ ਕਈਆਂ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਛੋਟੀਆਂ ਛੋਟੀਆਂ ਪਾਰਟੀਆਂ ਇਕੱਠੀਆਂ ਹੋ ਜਾਣ, ਰਵਾਇਤੀ ਪਾਰਟੀਆਂ ਨੂੰ ਕੋਈ ਫਰਕ ਜਿਹੜਾ ਹੈ ਉਹ ਨਹੀਂ ਪੈਣ ਵਾਲਾ। ਖੈਰ, ਹੁਣ ਦੇਖਣਾ ਹੋਵੇਗਾ ਕਿ ਮਹਾਂਗੱਠ ਜੋੜ ਦੀ ਜਿਹੜੀ ਸਿਆਸਤ ਹੈ ਉਹ ਕਿੰਨੀ ਕੁ ਰੰਗ ਲਿਆਉਂਦੀ ਹੈ, ਇਹ ਛੋਟੀਆਂ ਪਾਰਟੀਆਂ ਇਕੱਠੀਆਂ ਹੋ ਪਾਉਂਦੀਆਂ ਨੇ, ਅਤੇ ਜੇਕਰ ਇਕੱਠੀਆਂ ਹੁੰਦੀਆਂ ਨੇ ਤਾਂ ਕੁਨਬੇ ਢਹਿ ਢੇਰੀ ਕਰ ਪਾਉਂਦੀਆਂ ਨੇ ਰਵਾਇਤੀ ਪਾਰਟੀਆਂ ਦੇ ਜਾਂ ਨਹੀਂ। ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।